हाँ जी पंजाबी डिक्टेशन स्पीड 80। हाँ जी रेडी। स्टार्ट। पंजाबी भाषा पंजाब राज दी मातृभाषा है। डंडी। 1947 तो पहला पंजाब राज दा खेत्रफल बहुत विशाल होण करके पंजाबी भाषा दा खेत्र भी दूर दूर तक फैलिया होया सी। डंडी। पाकिस्तान देश दे कुछ जिले भी पंजाबी भाषी खेत्र सन। डंडी। अजे भी उत्थों दे लोकां दे दिलां विच पंजाबी बोली वास्ते बड़ा निघा प्यार ते सतिकार है। इस दे बावजूद के पाकिस्तान दी अपनी बोली उर्दू है। डंडी। बीते समय तो लै के हुण तक जिन्नियां हुकमराना ने पंजाब विच अपना राज कायम किया किसे ने भी शासन प्रणाली चलाउन लई पंजाबी बोली नू माध्यम नहीं बनाया। डंडी। अंग्रेजां तो पहला मुसलमानी राज विच उर्दू अते फारसी ही सरकारी सिंघासन ते विराजमान रहियां। डंडी। उपरंत अंग्रेज़ शाही समय अंग्रेज़ां ने अपना राज प्रबंध चलाउन खातर अंग्रेजी बोली नू पहल दिती। डंडी। उना ने पंजाब समेत भारत दे स्कूलां विच अंग्रेजी भाषा नू एक लाजमी मजमून दे तौर ते लागू कीता ताके सरकारी ढांचे ਲਈ ਸਸਤਾ ਅੰਗਰੇਜ਼ੀ ਪੜ੍ਹਿਆ ਲਿਖਿਆ ਦਫ਼ਤਰੀ ਅਮਲਾ ਮਿਲ ਸਕੇ। ਡੰਡੀ। ਪੰਜਾਬ ਵਿੱਚ ਥੋੜ੍ਹੇ ਸਮੇਂ ਲਈ ਮਹਾਰਾਜਾ ਰਣਜੀਤ ਸਿੰਘ ਦੀ ਹਕੂਮਤ ਭਾਵੇਂ ਆਪਣੀ ਦੇਸੀ ਹਕੂਮਤ ਸੀ ਪਰੰਤੂ ਇਹ ਉਪਰਾਲਾ ਉਸ ਸਮੇਂ ਵੀ ਨਾ ਹੋ ਸਕਿਆ ਕਿ ਪੰਜਾਬੀ ਭਾਸ਼ਾ ਨੂੰ ਰਾਜ ਭਾਸ਼ਾ ਕਰਾਰ ਦਿੱਤਾ ਜਾਏ। ਡੰਡੀ। ਉਸ ਵੇਲੇ ਵੀ ਫਾਰਸੀ ਅਤੇ ਉਰਦੂ ਬੋਲੀਆਂ ਨੂੰ ਹੀ ਇਹ ਮਾਣ ਮਿਲਦਾ ਰਿਹਾ। ਡੰਡੀ। ਹਾਂਜੀ ਰੈਡੀ। ਸਟਾਰਟ।
ਆਜ਼ਾਦੀ ਉਪਰੰਤ ਭਾਰਤੀ ਰਾਜਾਂ ਦਾ ਪੁਨਰਗਠਨ ਸਥਾਨਕ ਭਾਸ਼ਾ ਦੇ ਆਧਾਰ 'ਤੇ ਕੀਤਾ ਗਿਆ। ਡੰਡੀ ਬਹੁਤਿਆਂ ਰਾਜਾਂ ਨੇ ਨਾਮ ਉੱਥੋਂ ਦੀ ਸਥਾਨਕ ਭਾਸ਼ਾ ਦੇ ਨਾਮ ਉੱਤੇ ਰੱਖੇ ਗਏ। ਡੰਡੀ 1947 ਈਸਵੀ ਤੋਂ 1967 ਤੱਕ ਅੰਗਰੇਜ਼ੀ ਨੂੰ ਹੀ ਜਿਉਂ ਦਾ ਤਿਉਂ ਪ੍ਰਬੰਧ ਪ੍ਰਣਾਲੀ ਵਿੱਚ ਵਰਤਿਆ ਗਿਆ। ਡੰਡੀ 1968 ਵਿੱਚ ਜਦੋਂ ਸਰਦਾਰ ਲਛਮਣ ਸਿੰਘ ਗਿੱਲ ਪੰਜਾਬ ਦੇ ਮੁੱਖ ਮੰਤਰੀ ਬਣੇ, ਉਹਨਾਂ ਦੀਆਂ ਅਸਰਦਾਰ ਅਤੇ ਭਰਪੂਰ ਕੋਸ਼ਿਸ਼ਾਂ ਕਾਰਨ ਪੰਜਾਬ ਅਸੈਂਬਲੀ ਨੇ ਪੰਜਾਬ ਦੇ ਇਤਿਹਾਸ ਵਿੱਚ ਪਹਿਲੀ ਵਾਰ ਪੰਜਾਬ ਦੀ ਭਾਸ਼ਾ ਜਾਂ ਮਾਤਰੀ ਭਾਸ਼ਾ ਨੂੰ ਰਾਜ ਸਿੰਘਾਸਨ 'ਤੇ ਵਿਰਾਜਮਾਨ ਕਰਨ ਦਾ ਮਤਾ ਪਾਸ ਕੀਤਾ। ਡੰਡੀ ਇਸ ਮਤੇ ਅਧੀਨ ਤੁਰੰਤ ਰਾਜ ਦੇ ਹਰ ਪੱਧਰ 'ਤੇ ਗਸ਼ਤੀ ਪੱਤਰ ਜਾਰੀ ਕੀਤੇ ਗਏ ਕਿ ਅੱਗੋਂ ਤੋਂ ਸਰਕਾਰੀ ਪੱਤਰ ਵਿਹਾਰ ਅਤੇ ਹੋਰ ਸਮੁੱਚੀ ਕਾਰਕਰਦਗੀ ਪੰਜਾਬੀ ਵਿੱਚ ਹੋਇਆ ਕਰੇਗੀ। ਡੰਡੀ ਇਹ ਜ਼ਰੂਰੀ ਸੀ ਕਿ ਵਰਤਮਾਨ ਪੰਜਾਬੀ ਤੋਂ ਕੋਰੇ ਸਰਕਾਰੀ ਅਮਲੇ ਨੂੰ ਪੰਜਾਬੀ ਭਾਸ਼ਾ ਬਾਰੇ ਸਿੱਖਿਆ ਦਿੱਤੀ ਜਾਵੇ। ਡੰਡੀ ਇਸ ਕਾਰਜ ਦੀ ਪੂਰਤੀ ਲਈ ਵੱਖਰਾ ਭਾਸ਼ਾ ਵਿਭਾਗ ਹੋਂਦ ਵਿੱਚ ਆਇਆ। ਡੰਡੀ ਰਾਜ ਦੇ ਹੈੱਡਕੁਆਰਟਰਸ ਅਤੇ ਜ਼ਿਲ੍ਹਾ ਪੱਧਰ 'ਤੇ ਕਰਮਚਾਰੀਆਂ ਨੂੰ ਇਹ ਟ੍ਰੇਨਿੰਗ ਦੇਣ ਲਈ ਭਾਸ਼ਾ ਵਿਭਾਗ ਨੇ ਸਿੱਖਿਅਤ ਅਧਿਆਪਕਾਂ ਦੀ ਨਿਯੁਕਤੀ ਵੀ ਕੀਤੀ। ਡੰਡੀ ਪੰਜਾਬੀ ਬੋਲੀ ਰਾਹੀਂ ਪੱਤਰ ਵਿਹਾਰ ਕਰਨ ਵਾਸਤੇ ਰਾਜ ਦੇ ਸਭ ਸੰਬੰਧਿਤ ਕਰਮਚਾਰੀਆਂ ਨੂੰ ਪੰਜਾਬੀ ਟਾਈਪ ਅਤੇ ਪੰਜਾਬੀ ਸ਼ਾਰਟ ਹੈਂਡ ਅਰਥਾਤ ਪੰਜਾਬੀ ਸੰਕੇਤ ਕਰਨ ਦੀ ਟ੍ਰੇਨਿੰਗ ਦਿੱਤੀ ਗਈ। ਡੰਡੀ ਸਟਾਪ।